मम्मी ਉਹਦੀ ਜਿਹੜੀ ਸੀਗੀ ਫੋਨ ਤੇ ਗੱਲ ਕਰ ਰਹੀ ਸੀ। ਮੰਮੀ ਦਾ ਵੀ ਧਿਆਨ ਹੋਰ ਪਾਸੇ ਸੀ, ਦਾਦੇ ਦਾ ਵੀ ਧਿਆਨ ਹੋਰ ਪਾਸੇ ਸੀ। ਇਸ ਕਰਕੇ ਜਿਹੜੀ ਇਹ ਬਹੁਤ ਵੱਡੀ ਦੁਖਦਾਈ ਘਟਨਾ ਆ, ਸਾਰੇ ਸਾਡੇ ਨਗਰ ਨੂੰ ਝੰਜੋੜ ਕੇ ਰੱਖਤਾ। ਫਿਰ ਪਾਣੀ ਡੁੱਬਿਆ ਹੋ, ਉਹਦੇ ਵਿੱਚ ਪਾਣੀ ਡੇਢ ਲੀਟਰ ਪਾਣੀ ਸੀ ਸਾਰਾ, ਔਰ ਬਾਲਟੀ ਦੇ ਵਿੱਚ। ਅਤੇ ਨਾ ਤਾਂ ਮੈਨੂੰ ਪਤਾ ਲੱਗਾ, ਨਾ ਬਹੂ ਨੂੰ ਪਤਾ ਲੱਗਾ। ਡੇਢ ਸਾਲ ਦੇ ਬੱਚੇ ਅਰਨਬ ਭਾਟੀਆ ਦੀ ਪਾਣੀ ਵਾਲੀ ਬਾਲਟੀ ਵਿੱਚ ਡੁੱਬਣ ਨਾਲ ਹੋਈ ਮੌਤ। ਮਾਂ ਫੋਨ ਤੇ ਵਿਦੇਸ਼ ਰਹਿੰਦੇ ਪਤੀ ਨਾਲ ਕਰ ਰਹੀ ਸੀ ਗੱਲ। ਖਿਡੌਣੇ ਨਾਲ ਖੇਡਦਾ ਖੇਡਦਾ ਬੱਚੇ ਦਾ ਖਿਡੌਣਾ ਪਾਣੀ ਵਾਲੀ ਬਾਲਟੀ ਵਿੱਚ ਜਾ ਡਿੱਗਾ। ਖਿਡੌਣੇ ਨੂੰ ਬਾਲਟੀ ਵਿੱਚੋਂ ਕੱਢਣ ਲੱਗੇ ਦਾ ਉਸ ਬੱਚੇ ਦਾ ਮੂੰਹ ਪਾਣੀ ਵਾਲੀ ਬਾਲਟੀ ਵਿੱਚ ਜਾ ਡੁੱਬਾ। ਘਰ ਵਿੱਚ ਬੱਚੇ ਦਾ ਦਾਦਾ ਮੌਜੂਦ ਸੀ, ਉਸ ਨੂੰ ਵੀ ਬੱਚੇ ਦੇ ਪਾਣੀ ਵਿੱਚ ਡੁੱਬਣ ਦਾ ਪਤਾ ਨਹੀਂ ਲੱਗਾ। ਮਾਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ। ਮੇਰਾ ਨਾਮ ਸੁਮਨ ਲਾਲ ਭਾਟੀਆ। ਮੇਰਾ ਪੋਤਾ ਸੀ। ਕਿੰਨੀ ਉਮਰ ਸੀ? ਉਮਰ ਡੇਢ ਸਾਲ ਦੀ। ਘਟਨਾ ਜੀ, ਉੱਠਿਆ ਉੱਠ ਕੇ ਪਹਿਲਾਂ ਮੇਰੇ ਕੋਲ ਨੂੰ ਗਿਆ, ਮੇਰੇ ਕੋਲ ਜਾ ਕੇ ਬਾਪੂ ਬਾਪੂ ਕਰਦਾ ਰਿਹਾ ਅਤੇ ਮੈਂ ਮੇਰੇ ਕੋਲ ਖੇਡਦਾ ਰਿਹਾ 10-12 ਮਿੰਟ। ਉਹ ਤੋਂ ਬਾਅਦ ਉਹਨੇ ਮੰਮੀ ਨੇ ਹਾਕ ਮਾਰ ਲਈ, ਆਇਆ ਪੁੱਤ ਚਾਹ ਪੀਏ। ਚਾਹ ਪੀਣ ਬਾਅਦ ਉਹ ਉਹਦੇ ਕੋਲ ਆ ਗਿਆ। ਉਹਦੇ ਕੋਲ ਆ ਕੁਦਰਤੀ ਫੋਨ ਆਇਆ ਸੀ ਬਾਹਰੋਂ। ਉਹ ਆਪਣੇ ਡੈਡੀ ਨਾਲ ਵੀ ਉਹਨੂੰ ਮੁੰਡੇ ਨੇ ਗੱਲ ਕੀਤੀ, ਪਾਪਾ ਗੱਡੀ ਲੈਂ, ਪਾਪਾ ਗੱਡੀ ਲੈਂ। ਅਤੇ ਉਹਦੇ ਬਾਅਦ ਚਾਹ ਪੀਤੀ ਆ। ਚਾਹ ਪੀ ਕੇ ਬਹੂ ਜਿਹੜੀ ਸੀ ਉਹ ਫੋਨ ਕਰਦੀ ਰਹੀ, ਫੋਨ ਕਰਦੀ ਕਰਦੀ ਦੇ ਕੋਲ ਮੁੰਡਾ ਉੱਧਰ ਨੂੰ ਚਲੇ ਗਿਆ ਜਿੱਧਰ ਡੁੱਬਿਆ ਹੋ। ਉਹਦੇ ਵਿੱਚ ਪਾਣੀ ਡੇਢ ਲੀਟਰ ਪਾਣੀ ਸੀ ਸਾਰਾ, ਔਰ ਬਾਲਟੀ ਦੇ ਵਿੱਚ। ਅਤੇ ਨਾ ਤਾਂ ਮੈਨੂੰ ਪਤਾ ਲੱਗਾ, ਨਾ ਬਹੂ ਨੂੰ ਪਤਾ ਲੱਗਾ। ਬਹੂ ਆਕ ਮਾਰ ਕਹਿੰਦੀ ਵੀ ਲੈ ਵੀ ਡੈਡੀ ਇੱਧਰ ਆ ਗਿਆ, ਵੀ ਖਿਆਲ ਰੱਖਿਓ ਜਾਂ ਆਪ ਧਿਆਨ ਰੱਖਦੀ। ਉਹ ਮੈਂ ਕੋਲੇ ਮੈਂ ਬੈਠਾ ਤਾਂ ਜਿੱਦਾਂ ਪਰਮਾਤਮਾ ਨੇ ਮੈਦ ਮਿਲੀ ਆ, ਕੋਈ ਖੜਕਾ ਨਹੀਂ ਹੋਇਆ, ਕੋਈ ਉਹਦੀ ਆਵਾਜ਼ ਨਹੀਂ ਆਈ। ਹਾਂਜੀ, 10 ਮਿੰਟ ਬਾਅਦ ਫਿਰ ਬਹੂ ਨੇ ਹਾਕ ਮਾਰੀ, ਅਬੂ ਮੈਂ ਉਹਨੂੰ ਦਬਕਾ ਮਾਰਿਆ, ਮੈਂ ਤੂੰ ਹੁਣ ਹਾਕਾ ਮਾਰ ਦੇ ਅਤੇ ਤੂੰ ਉਹਦਾ ਧਿਆਨ ਰੱਖ, ਤੂੰ ਕੀ ਕਰਦੀ ਆ। ਇਹ ਕੋਠੇ ਚੜ੍ਹ ਕੇ ਉਹਨੂੰ ਦੇਖਣ ਵਾਸਤੇ, ਜਾਂ ਕੋਠੇ ਤੋਂ ਮੁੜ ਕੇ ਆਈ ਫਿਰ ਇਹਨੂੰ ਦਿਖਿਆ ਵੀ ਬਾਲਟੀ ਦੇ ਵਿੱਚ, ਜਿਸ ਵੇਲੇ ਕੱਢਿਆ ਉਸ ਵੇਲੇ ਧੱਕਾ ਦੇਣਾ ਸੀ। ਬਸ ਮੇਰਾ ਇਹ ਕਹਿਣਾ ਆ, ਬੱਚਿਆਂ ਵਾਲੀ ਕੋਈ ਵੀ ਮਾਂ ਆ, ਆਪਣਾ ਫੋਨ ਪਾਉਣਾ ਬੱਚੇ ਦੇ ਵਿੱਚ ਧਿਆਨ ਰੱਖ, ਬੱਚੇ ਬੰਦ ਕਰ ਲਓ ਫੋਨ ਨੂੰ, ਫਿਰ ਦੁਬਾਰੇ ਕਰ ਲਓ। ਹਾਂਜੀ, ਫੋਨ ਤਾਂ ਦੁਬਾਰੇ ਹੋ ਜਾਂਦਾ ਬੱਚਾ ਦੀ ਮੁੜ ਕੇ ਦੇ। ਉੱਪਰ ਉੱਪਰ ਹੋ ਗਏ, ਸਿਰ ਥੱਲੇ ਹੋ ਗਿਆ। ਉਹ ਜਿਹੜੀ ਗੱਡੀ ਖਿਡਾਉਣਾ ਉਹਦੀ ਕੋਸ ਤੋਂ ਥੱਲੇ ਚਲੇ ਗਿਆ ਅਤੇ ਉਹਨੂੰ ਫੜਨ ਦਾ ਮਾਰਾ ਵਿੱਚ ਉਹ ਸਿਰ ਭਰ ਦੇ। ਹਾਂਜੀ, ਜੋਗਿੰਦਰ ਕੌਰ ਵਾ, ਮੇਰਾ ਪੋਤਾ ਲੱਗਦਾ ਸੀਗਾ। ਮੈਂ ਘਰ ਘਰ ਹੈ ਨਹੀਂ ਸੀਗੀ, ਮੇਰਾ ਪੋਤਾ ਸੀਗਾ। ਹਰਮਨ ਸੀਗਾ ਸਾਡੀ, ਮੈਂ ਉਹਦੇ ਨਾਲ ਲਾਡਨਾ ਸਾਡੀ ਸੀਗੀ, ਜੋਆ ਤੋਤਾ ਲਾਡਨਾ ਤੋਤਾ ਸਾਡੀ ਸੀਗੀ ਸੀਗਾ ਹਰਮਨ। ਮੈਂ ਕਦੇ ਹਰਮਨ ਨਾ ਸੀਗਿਆ, ਮੈਂ ਪੁੱਤ ਘਰ ਨਾ ਸੀ, ਮੈਂ ਤਾਂ ਮੁੱਕੇ ਤੇ ਆਈ ਹਾਂ। ਹਾਂਜੀ, ਲੱਤਾਂ ਤਾਂ ਹੋ ਗਈਆਂ, ਬਸ ਮੁੱਕ ਗਿਆ। ਕਾਮਰੇਡ ਕੁਲਦੀਪ ਝਿੰਗੜ, ਬੱਚਾ ਛੋਟਾ ਸੀ ਜੀ, 1.5 ਸਾਲ ਦਾ।
ਬੱਚਾ ਖੇਡਦਾ ਸੀਗਾ, ਖੇਡਦਾ ਖੇਡਦਾ ਉਹਦਾ ਖਿਡੌਣਾ ਬਾਲਟੀ 'ਚ ਜਾ ਗਿਰਿਆ। ਬਾਲਟੀ 'ਚ ਖਿਡੌਣਾ ਕੱਢਣ ਲੱਗਾ ਉਹ, ਮੰਮੀ ਉਹਦੀ ਜਿਹੜੀ ਸੀਗੀ ਫੋਨ 'ਤੇ ਗੱਲ ਕਰ ਰਹੀ ਸੀ, ਮੰਮੀ ਦਾ ਵੀ ਧਿਆਨ ਹੋਰ ਪਾਸੇ ਸੀ, ਦਾਦੇ ਦਾ ਵੀ ਧਿਆਨ ਹੋਰ ਪਾਸੇ ਸੀ। ਇਸ ਕਰਕੇ ਜਿਹੜੀ ਇਹ ਬਹੁਤ ਵੱਡੀ ਦੁਖਦਾਈ ਘਟਨਾ ਆ, ਸਾਰੇ ਸਾਡੇ ਨਗਰ ਨੂੰ ਝੰਜੋੜ ਕੇ ਰੱਖਦਾ। ਮੈਂ ਬੇਨਤੀ ਕਰਦਾ ਬੀਬੀਆਂ ਨੂੰ ਵੀ ਜਦ ਵੀ ਬੱਚੇ ਨੂੰ ਪਹਿਲ ਦੇ ਆਧਾਰ 'ਤੇ ਖਿਆਲ ਰੱਖੋ, ਕਿਉਂ ਬਚਪਨ ਆ ਬੱਚੇ ਦਾ, ਬੱਚੇ ਦਾ ਪਤਾ ਨਹੀਂ ਵੀ ਕਿੱਧਰਲੇ ਪਾਸੇ ਨਿਕਲ ਜਾਣਾ। ਫੋਨ ਵੀ ਸੁਣੋ, ਫੋਨ ਦੇ ਨਾਲ ਨਾਲ ਆਪਣੇ ਬੱਚਿਆਂ ਦੀ ਮੈਂ ਬੇਨਤੀ ਕਰਦਾ, ਬੱਚਿਆਂ ਦੀ ਵੀ ਜ਼ਰੂਰ ਦੇਖ ਰੇਖ ਰੱਖੋ, ਕੋਈ ਇੱਦਾਂ ਦੀ ਕਿਸੇ ਵੀ ਪਰਿਵਾਰ ਨਾਲ ਕਿਸੇ ਵੀ ਇਲਾਕੇ ਦੇ ਵਿੱਚ ਇੱਦਾਂ ਦੀ ਜੋ ਘਟਨਾ ਨਾ ਵਾਪਰੇ। ਮੇਰਾ ਤਾਂ ਇਹੀ ਸੰਦੇਸ਼ ਆ ਬੀਬੀਆਂ ਨੂੰ ਵੀ ਬੱਚੇ ਦਾ ਪੂਰਾ ਖਿਆਲ ਰੱਖਿਆ ਕਰੋ, ਜੋ ਕਿ ਇਹ ਕਿਸੇ ਵੀ ਪਰਿਵਾਰ 'ਤੇ ਕਿਸੇ 'ਤੇ ਵੀ ਘਟਨਾ ਨਾ ਵਾਪਰੇ। ਗਗਨ ਵੀਜ਼ਾ ਪੁਆਇੰਟ ਬੰਗਾ ਤੁਹਾਡੇ ਲਈ ਲੈ ਕੇ ਹੈ ਸਕਿੱਲ ਵੀਜ਼ਾ ਆਪਸ਼ਨ, ਜਿਸ ਵਿੱਚ ਤੁਸੀਂ ਆਪਣੇ ਸਪਾਊਸ ਸਮੇਤ ਆਪਣੇ ਬੱਚਿਆਂ ਨੂੰ ਯੂਕੇ ਨਾਲ ਲੈ ਜਾ ਸਕਦੇ ਹੋ। ਜੇਕਰ ਤੁਸੀਂ ਪਲੱਸ ਟੂ ਪਾਸ ਹੋ ਤਾਂ ਤੁਹਾਨੂੰ ਯੂਕੇ VI IELTS ਵਿੱਚ ਚਾਹੀਦੇ ਨੇ 5.5 ਬੈਂਡ। ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਵਿਦਆਊਟ IELTS ਵੀ ਅਪਲਾਈ ਕਰ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਪਾਓ ਆਪਣਾ ਕੌਜ ਲੈਟਰ ਸਿਰਫ ਇੱਕ ਦਿਨ ਦੇ ਵਿੱਚ ਤੇ ਯੂਕੇ ਦਾ ਵੀਜ਼ਾ ਪਾਓ ਸਿਰਫ 10 ਦਿਨਾਂ ਦੇ ਵਿੱਚ। ਇਸ ਦੇ ਇਲਾਵਾ ਤੁਸੀਂ ਸਾਰੀ ਦੀ ਸਾਰੀ ਪੇਮੈਂਟ ਦੇਣੀ ਹੈ ਜੀ ਆਫਟਰ ਵੀਜ਼ਾ, ਤੇ ਅੱਜ ਹੀ ਕਾਲ ਕਰੋ ਥੱਲੇ ਦਿੱਤੇ ਗਏ ਨੰਬਰ ਤੇ, ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਗਗਨ ਵੀਜ਼ਾ ਪੁਆਇੰਟ ਬੰਗਾ।